Hey guys, अपना ही आज मॉर्निंग हो गई एंड शनैल भाई प्यास में जेडी नूं कहिवें खाचा तैनूं दिखा के लिया मैं शनैल निन्नी करदी आ क्योंकि जेडी एवरी टाइम काम ते छेती अर्ली उठ जांदा है ते आ प्यास साडा हसदा ही उठदा हुंदा शनैल उठ गया तू की पीना की पीना ते चाह किन्नी शाद आ जेडी दा पार आ गया नानू सुते पे आ नानू नूं ढक लिया सवेरे सवेरे वीडियो बना ली मेरी ते डैडी ते शनैल ते मैं ते मम्मी शनैल कौन पिया इत्थे कौन पिया चलो शना कह दे के मैं तैयार होके मिलता हूं सारे नूं ठीक है ओके गाइस रेडी होके मिलते हैं अमानत के घरी गई जांदी सारा दिन अमानत के चली आ अमानत के नहीं चले पता आपां चलो ते आ नानू भी रेडी हो गए पूरे ਸ਼ਨੈਲ ਦੇ ਸ਼ੂ ਪਾਉਣਗੇ ਹੁਣ ਹਾਂ ਬਈ ਕਿਵੇਂ ਹੋ ਬਹੁਤ ਵਧੀਆ ਅੱਛਾ ਆ ਦੇਖੋ ਸ਼ਨੈਲ ਮੱਥਾ ਟੇਕਣ ਹਾਂਜੀ ਹਾਂਜੀ ਅੱਜ ਸੰਡੇ ਹੈ ਹੈਲੋ ਮੰਮੀ ਹੈਲੋ ਚਲੋ ਚੱਲੀਏ ਆ ਸ਼ਨੈਲ ਭਾਈ ਸ਼ਨੈਲ ਦੇਖੋ ਤਿਆਰ ਹੋ ਗਿਆ ਆ ਦੇਖ ਲੱਤ ਚ ਪਾਈ ਬੈਠੀ ਰਬੜ ਬੈਠਾ ਪੁੱਤ ਦੋਨੇ ਪਾਸੇ ਰਬੜ ਬੈਂਡ ਪਾਈ ਬੈਠੀ ਆ ਮਾਂ ਪਤਾ ਨਹੀਂ ਕੀ ਪਹਿਲੇ ਵੀ ਕਿੰਨੇ ਇਹਦਾ ਇੱਕ ਆਪਣਾ ਜਿਹੜਾ ਟੇਚੀ ਬੰਦ ਹੋ ਗਿਆ ਸੀ ਆਪਾਂ ਪਾਉ ਵੀ ਖੋਲਣਾ ਸੱਤ ਤੋਂ ਲੋਕ ਲੱਗ ਗਿਆ ਕਿ ਟੇਚੀ ਨੂੰ ਸਾਨੂੰ ਪਤਾ ਨਹੀਂ ਕਿਵੇਂ ਖੋਲਣਾ ਹੁਣ ਤੋੜਨਾ ਹੀ ਪੈਣਾ ਉਹ ਤੇ ਉਹਦੇ ਵਿੱਚ ਜਿਹੜੇ ਮੰਮੀ ਬੁਣ ਕੇ ਲਿਆਏ ਸੀ ਕੱਪੜੇ ਮੰਮੀ ਹੁਣ ਹੀ ਪੈਣੇ ਆ ਫਿਰ ਇਦੋਂ ਬਾਅਦ ਪੈਣੇ ਨਹੀਂ ਕੋਈ ਨਾ ਆਪਾਂ ਖੋਲਦੇ ਆ ਉਹ ਟੇਚੀ ਹਾਂ ਤੇ ਖੋਲ ਕੇ ਇਹਦੇ ਕੱਪੜੇ ਨਵੀਂ ਫਰਾਕ ਪਾਏ ਹਾਂ ਹੋਰ ਕੀ ਉਹ ਪਾਈਏ ਫਿਰ ਮੰਨੀ ਮੰਨੀ ਕਿ ਚੱਲੇ ਮੰਨੀ ਕਿ ਨਹੀਂ ਚੱਲੇ ਪੁੱਤ ਅੱਛਾ ਇਹਨੂੰ ਨਾ ਆਈ ਹੁੰਦਾ ਵੀ ਆਪਾਂ ਜਦੋਂ ਤਿਆਰ ਹੋ ਜਾਣਾ ਵੀ ਮੰਨ ਕੇ ਚੱਲੇ ਆ ਮੈਂ ਵੀ ਸੂਟ ਪਾ ਲਿਆ ਸੀਗਾ ਮੈਂ ਦਿਖਾਉਣੀ ਆ ਇਹ ਮੈਂ ਅੱਜ ਰੈੱਡ ਕਲਰ ਦਾ ਸੂਟ ਪਾ ਲਿਆ ਵੈਸੇ ਮੈਂ ਕਿਹਾ ਚਲੋ ਮੱਥਾ ਟੇਕਣਾ ਆ ਐਂਡ ਨਾਲੇ ਵਧੀਆ ਤੇ ਉੱਪਰ ਦੀ ਲੌਂਗ ਕੋਟੀ ਪਾ ਲਈ ਤੇ ਦੱਸਿਓ ਕਿਵੇਂ ਲੱਗਿਆ ਮੈਨੂੰ ਇਦਾਂ ਦੇ ਕੁੜਤੇ ਕੰਫਰਟੇਬਲ ਲੱਗਦੇ ਹੁੰਦੇ ਆ ਵਧੀਆ ਤੇ ਆਪਾਂ ਹੁਣ ਮੇਕਅਪ ਵੀ ਮਿਨੀਮਲ ਜਿਹਾ ਕੀਤਾ ਆ ਸ਼ਨੈਲ ਦਾ ਵੀ ਜੈਕਟ ਵੀ ਪਾ ਲਈ पहले मैं सोचा सी एक होर जैकट से वह पा लूँ फिर मैं क्या भी ठंड ही ना हो फिर ये तो मोटे कपड़े पा के टोपी लैके शोभा राम कितने कौन है शोभा राम मैं ये सारा कुछ बोलन लग गई शनैल तो हम चलिए मनी मनी याद रही इन मनी तेन पाँदी तो है नहीं डब्बा चकना गणेश सो दसांगे थानू सो आप डब्बा चक गड्डा डब्बा चकते हैं पहला गणेश दियो ते फिर आप बाबा जी को चलते हां कित्थे चलिया वीर जी के चलिए बस आई करती रही वीर जी के लै जाओ मानी के लै जाओ ਹੋਰ ਦੂਜੀ ਗੱਲ ਨਹੀਂ ਕੋਈ ਵੀਰ ਜੀ ਨੂੰ ਪਤਾ ਵੀ ਨਹੀਂ ਵੀ ਸ਼ਨੈਲ ਇੰਨਾ ਯਾਦ ਕਰਦੀ ਹੈ ਹੈਨਾ ਸ਼ਨੈਲ ਵੀ ਆਪਾਂ ਪਾ ਲਈ ਗੱਡੀ ਹੁਣ ਤਾਂ ਥੋੜਾ ਜਿਹਾ ਵੈਦਰ ਬਹੁਤ ਜ਼ਿਆਦਾ ਵਧੀਆ ਹੋਇਆ ਹੋਇਆ ਬਹੁਤ ਸੋਹਣਾ ਹੋਇਆ ਹੋਇਆ ਵੈਦਰ
ਤੇ ਸਨੋਅ ਵੀ ਚੱਕੀ ਹੋਈ ਆ ਰੋਡਸ ਤੋਂ। ਆਪਾਂ ਹੁਣ ਗਣੇਸ਼ ਸਵੀਟਸ ਚੱਲੇ ਹਾਂ, ਬਸ ਇੱਕ ਦੋ ਮਿੰਟ 'ਚ ਪਹੁੰਚ ਗਏ। ਉਹ ਵੀਰ ਜੀ ਦਾ ਘਰ ਰਹਿਗਾ ਤੇਰਾ ਪਿੱਛੇ ਸ਼ਨੈਲ, ਉਹ ਅਸੀਂ ਗੱਡੀ 'ਚ ਨਹੀਂ ਇਹਨੂੰ ਪਤਾ ਲੱਗਿਆ। ਹਾਂ ਅੱਜ ਤਾਂ ਸ਼ਨੈਲ, ਅੱਜ ਤਾਂ ਹਰਪ੍ਰੀਤ ਵੀਰ ਜੀ ਉਹਦੀ ਵੀ ਕੰਮ 'ਤੇ ਹੋਣੀ, ਹੈ ਨਾ ਜਿਹੜੀ। ਹਾਂ ਦੇਖੋ ਜੀ, ਇਹ ਐਡਮਿੰਟਨ ਲੋਰਲ, ਲੋਰਲ ਦੇ ਵਿੱਚ ਪੰਜਾਬੀ ਆ, ਪੰਜਾਬੀ ਉਹ ਤੁਹਾਨੂੰ ਦੂਰ ਟਰੈਕਟਰ ਦਿਖਦਾ ਹੋਣਾ, ਇੱਧਰ ਨੂੰ ਹੀ ਆਉਂਦਾ ਮੈਨੂੰ ਲੱਗਦਾ ਗੱਡੀ ਨਾਲ। ਅੱਛਾ ਪਿੱਛੇ ਉਹੀ ਗੱਡੀ ਆ, ਮੈਨੂੰ ਤਾਂ ਦੂਰੋਂ ਘੱਟ ਦਿਖਦਾ ਆ। ਹੋਰ ਕੀ ਇਹਨਾਂ ਨੂੰ ਸ਼ੌਂਕ ਆ, ਉਹਨਾਂ ਨੂੰ ਤਾਂ ਹੋ ਗਈ। ਲੈ ਠੰਡ ਨੀ ਲੱਗਦੀ ਮੈਨੂੰ, ਲੈ ਲੈ ਲਾਂਗੇ ਜਿਹੜੀ ਹੈ ਨਾ ਮਿੱਠਾ ਦਾ ਖਾਣ ਨੂੰ ਜੀ ਕਰਦਾ ਹੁੰਦਾ। ਗਣੇਸ਼ ਸਵੀਟਸ, ਗਣੇਸ਼ ਸ਼ਨਾ ਕਿੱਥੇ ਆ ਗਏ? ਗਣੇਸ਼ ਆਪਾਂ 2 ਪੌਂਡ ਬੇਸਨ ਦੇ ਲੱਡੂ ਕਰ ਲਏ, ਤੇ ਇੱਕ ਕੀ ਕੀਤਾ ਆਪਾਂ ਗੁਲਾਬ ਜਾਮਨ ਤੇ ਨਾਲ ਉਹ ਗੁਲਾਬ ਜਾਮਨ ਇੱਕ ਘਰ ਦੇ ਲਈ ਕਰ ਲਿਆ, ਗੁਲਾਬ ਜਾਮਨ ਤੇ ਨਾਲ ਬੂੰਦੀ ਦੇ ਲੱਡੂ ਬਣੇ ਕਿਹੜਾ ਮੋਤੀਚੂਰ ਦੇ ਲੱਡੂ ਮੇਰੇ ਫੇਵਰੇਟ ਆ। ਵੇ ਲੈ ਲਿਆ ਸੀ ਜਿਹੜੀ ਤਾਂ ਚਲਾ ਗਿਆ ਉਹ ਸੀ, ਤੇ ਆ ਮੈਂ ਲੈ ਲਿਆ ਇੱਕ ਅਲੱਗ ਚ ਪਵਾ ਲਿਆ। ਫਿਰ ਜਿਹੜੀ ਦੀ ਉੱਥੇ ਨੀਤ ਵਿਗੜ ਗਈ, ਕਹਿੰਦਾ ਮੈਂ ਤਾਂ ਪਨੀਰ ਵਾਲੀਆਂ ਜਲੇਬੀਆਂ ਵੀ ਲੈਣੀਆਂ ਨੇ, ਫਿਰ ਪਨੀਰ ਵਾਲੀਆਂ ਜਲੇਬੀਆਂ ਦੱਸਾਂਗੇ ਤੁਹਾਨੂੰ ਟਰਾਈ ਕਰਕੇ ਵੀ ਕਿਵੇਂ ਲੱਗੀਆਂ। ਰਵਾ ਦਿੰਦੇ ਨੇ ਮੰਮੀ ਹੋਰੀ, ਕਹਿ ਦਿੰਦੇ ਨੇ ਇਹ ਜਦੋਂ ਮੈਂ ਅੰਦਰ ਚਲੀ ਗਈ, ਕਹਿ ਦਿੰਦੇ ਨੇ ਭਵਾਨੀਗੜ੍ਹ ਗਈ, ਫਿਰ ਬਹੁਤ ਰੋਂਦੀ ਆ। ਸ਼ਾਇਦ ਮੈਂ ਭਵਾਨੀਗੜ੍ਹ ਜਾਵਾਂ ਨਾ, ਭਵਾਨੀਗੜ੍ਹ ਤੂੰ ਜਾਣਾ, ਭਵਾਨੀਗੜ੍ਹ ਜਾਣਾ, ਦੇਖ ਲੈ ਬੋਲਦੀ ਨੀ ਨੋ ਜਾਣਾ, ਮੈਨੂੰ ਜਾਣ ਯੈਸ ਨਾ, ਮੈਨੂੰ ਜਾਣ ਦਿੰਦੀ ਆ ਨਾ ਆਪ ਨੋ ਬਾਬਾ ਜੀ ਦੇ ਦਰਸ਼ਨ ਕਰ ਲੋ ਗਾਇਸ, ਆਪਾਂ ਪਹੁੰਚ ਗਏ ਸਿੰਘ ਸਭਾ ਗੁਰੂ ਘਰ। ਤੇ ਇੱਥੇ ਰਸ਼ ਹੁੰਦਾ ਕਾਫੀ, ਹੈ ਨਾ ਜਿਹੜੀ ਪਾਰਕਿੰਗ ਕਈ ਵਾਰੀ ਮਿਲਦੀ ਨੀ ਹੈ ਨਾ ਨੇੜੇ, ਹੈ ਨਾ ਅੱਜ ਮਿਲ ਜਾਣੀ ਆ। ਉਦਣ ਤਾਂ ਬਹੁਤ ਦੂਰ ਤੱਕ ਆਪਾਂ ਲਾ ਕੇ ਆਏ ਸੀਗੇ। ਬਹੁਤ ਜ਼ਿਆਦਾ ਰਸ਼ ਆ ਸੰਡੇ ਆ ਨਾ, ਤੇ ਸਾਡੇ ਸ਼ਨੈਲ ਨੂੰ ਤਾਂ ਦੇਗ ਬਾਹਲੀ ਜ਼ਿਆਦਾ ਸਵਾਲ ਲੱਗੀ, ਕਹਿੰਦਾ ਹੋਰ ਲੈਣੀ ਆ। ਬਸ ਆਪਾਂ ਲੰਗਰ ਛੱਕ ਕੇ ਤੇ ਫਿਰ ਆਪਾਂ ਚੱਲਦੇ ਹਾਂ ਘਰੇ, ਥੋੜ੍ਹੀ ਜਿਹੀ ਗੱਡੀ ਵੀ ਕਲੀਨ ਕਰਾਉਣੀ ਸੀਗੀ। ਸ਼ਨੈਲ ਮੰਮਾ ਤੇ ਰੋਟੀ ਖਾਂਦਾ ਬਈ, ਪਤਾ ਲੰਗਰ ਖਾ ਜਾਂਦੇ ਨਾ ਸਵਾਦ ਲੱਗਦਾ। ਹਾਂ ਸ਼ਨੈਲ ਹੁਣ ਮਿਲਿਆ ਲੱਡੂ ਡੈਡੀ ਤੋਂ, ਸਾਰੀ ਰੋਟੀ ਖਾ ਲਈ, ਵਧੀਆ ਖੁਸ਼ ਹੋ ਗਈ, ਸਿਆਣੀ ਬਣੀ ਬੈਠੀ ਆ ਜੀ। ਆਪਾਂ ਹੁਣ ਮੱਥਾ ਟੇਕ ਲਿਆ, ਲੰਗਰ ਛੱਕ ਲਿਆ, ਹੁਣ ਆਪਾਂ ਚੱਲਦੇ ਘਰ ਨੂੰ, ਜਿਹੜੀ ਤੋਂ ਪੁੱਛਦੇ ਆ ਪਲਾਨ। ਤੇ ਸ਼ਨੈਲ ਨੂੰ ਵੀ ਬਿਠਾ ਲਿਆ ਸੀਟ ਦੇ ਵਿੱਚ, ਸ਼ਨੈਲ ਨੇ ਬਹੁਤ ਫਨ ਕੀਤਾ ਉੱਥੇ, ਅੱਜ ਤਾਂ ਸਿਆਣਾ ਬਣ ਗਿਆ। ਬਿਠਾ ਆ ਗਏ ਸੀਗੇ ਤੇ ਦੋਨੇ ਡੱਬੇ ਖੋਲ ਲਏ ਜਿਹੜੇ ਘਰ ਦੇ ਲਈ ਲਿਆਉਂਦੇ ਸੀਗੇ, ਮਿੱਠਾ ਤਾਂ ਖਾਣ ਨੂੰ ਜੀ ਕਰਿਆ ਆਉਂਦਾ ਹੈ ਨਾ ਰੋਟੀ ਤੋਂ ਬਾਅਦ।
ਇਹਦਾ ਜਲੇਬੀਆਂ ਸੀਗੇ ਪਨੀਰ ਵਾਲੀਆਂ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਮੈਂ ਤਾਂ ਕਦੇ ਟਰਾਈ ਕੀਤੀ ਨਹੀਂ ਹੈਗੀ ਜਿਹੜੀ ਨੇ ਟਰਾਈ ਕੀਤੀ ਆ ਤੇ ਜੇ ਸਾਨੂੰ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗੀ ਤਾਂ ਤੁਹਾਨੂੰ ਰਿਕਮੈਂਡ ਕਰੂੰਗੀ ਤੁਸੀਂ ਵੀ ਟਰਾਈ ਕਰਕੇ ਦੇਖ ਲਿਓ ਬਾਕੀ ਆਪਾਂ ਦੇਖਦੇ ਹਾਂ ਇਹ 'ਚ ਮੈਂ ਮੋਤੀਚੂਰ ਦੇ ਲੱਡੂ ਲੈ ਕੇ ਆਈ ਸੀ ਅਤੇ ਗੁਲਾਬ ਜਾਮਨ ਮੇਰੀ ਫੇਵਰੇਟ ਆ ਪਤਾ ਨਹੀਂ ਮਿੱਠੇ ਹੀ ਇੰਨਾ ਪਾਉਂਦੇ ਆ ਪਤਾ ਨਹੀਂ ਕਿਵੇਂ ਬਣਾਉਂਦੇ ਆ ਬਾਹਲ ਸਵਾਦ ਹੀ ਹੈ ਨਹੀਂ ਜਲੇਬੀ ਖਾਣੀ ਅਤੇ ਗੁਲਾਬ ਜਾਮਨ ਆਪਾਂ ਖਾ ਲਾਂਗੇ ਕੋਈ ਨਾ ਹਜੇ ਤਾਂ ਹੈ ਨਹੀਂ ਭੁੱਖ ਜਲੇਬੀ ਦੇ ਆ ਦੇਖੋ ਕਿ ਮੇਰੀਆਂ ਨੇ ਬਾਲੀਆਂ ਹੈਵੀ ਨੇ ਪਾਪਾ ਹਨਾ ਪਨੀਰ ਵਾਲੀਆਂ ਨੇ ਤਾਂ ਮੈਂ ਬਾਲੀਆਂ ਹੈਵੀ ਨਹੀਂ ਦੇਖਣ ਚ ਸੋਹਣੀਆਂ ਲੱਗਦੀਆਂ ਨੇ ਜਲੇਬ ਨੇ ਜਲੇਬ ਹਾਂ ਜਲੇਬ ਨਕਲ ਜਲੇਬੀਆਂ ਦੇ ਸਟਾਈਲ ਜਲੇਬੀਆਂ ਵਾਲਾ ਪਰ ਮਤਲਬ ਕੁਝ ਟੇਸਟ ਹੋਰ ਹੋਊਗਾ ਪਲੀਜ਼ ਭੁਜਾ ਜਿਹੜੀ ਦੀ ਲੈ ਕੇ ਚੱਲਦੇ ਆ ਗਿਆ ਬੰਦਾ ਖਾਏਗਾ ਸ਼ਾਇਦ ਜਲੇਬੀ ਆ ਗਈ ਡੈਡੀ ਕੋਲ ਚੱਲੀ ਜਿਹੜੀ ਦੀ ਆਈ ਲੈ ਜਾਂਦੇ ਆ ਥੋੜੀ ਕੁ ਪਾਪਾ ਤੁਹਾਨੂੰ ਮੈਨੂੰ ਪਤਾ ਇੰਨੀ ਖਾਧੀ ਨਹੀਂ ਜਾਣੀ ਪਤਾ ਵੀ ਨਹੀਂ ਜਿਹੜੀ ਦਾ ਖਾ ਜਾਵੇ ਆਰਸ ਨਾ ਤੂੰ ਵੀ ਖਾ ਲਈ ਚਲੋ ਬਈ ਚਲ ਸ਼ਨੈਲ ਪੁੱਤ ਉੱਪਰ ਇਸ ਦੇ ਉੱਪਰ ਨਹੀਂ ਉੱਪਰ ਆਪਾਂ ਚੱਲਣਾ ਚੇਅਰ ਲਾ ਕੇ ਨਹੀਂ ਉੱਪਰ ਜਾਣਾ ਆਪਾਂ ਪੁੱਤ ਪੌੜੀਆਂ ਰਾਹੀਂ ਉੱਪਰ ਚਲੋ ਸ਼ਾਬਾਸ਼ ਸ਼ਨੈਲ ਪੁੱਤ ਆ ਜਾਓ ਫਿਰ ਚੱਲਾਂਗੇ ਫਿਰ ਤੂੰ ਇਕੱਲਾ ਰਹਿ ਜਾਏਗਾ ਇੱਥੇ ਚਲੋ ਲਓ ਬਈ ਚਲੋ ਸ਼ਾਬਾਸ਼ ਸ਼ਨੈਲ ਵੀ ਚੱਲਿਆ ਵੀ ਜਲੇਬੀ ਦੇ ਨਾਉਣ ਤਾਂ ਕਿਹੜਾ ਮੂੰਹ ਖਾਊਗਾ ਨਾਨੂ ਦੱਸ ਦੇ ਨਾਨੂ ਨੂੰ ਜਲੇਬੀ ਖਾਵੇਂਗਾ ਚਲ ਉਹ ਜਲੇਬੀ ਲਈ ਫਿਰ ਤੂੰ ਬਲੈਕ ਕਲਰ ਦੀ ਜਲੇਬੀ ਤੇਰੇ ਹੱਥ 'ਚ ਦੇਖਾਂ ਜਿਹੜੀ ਨਾ ਆਪਣਾ ਕੋਈ ਕੰਮ ਕਰਦਾ ਸੀਗਾ ਕੰਪਿਊਟਰ ਰੂਮ ਦੇ ਵਿੱਚ ਓਏ ਲਾਈਟ ਲਾ ਲਈ ਜਲੇਬੀ ਲੈ ਕੇ ਆ ਗਏ ਅਸੀਂ ਜਲੇਬੀ ਲੈ ਕੇ ਆਇਆ ਡੈਡੀ ਅੱਜ ਨਹੀਂ ਤੈਨੂੰ ਨੀਨੀ ਕਰਨ ਦੇਣੀ ਇੱਥੇ ਦੋ ਨੀਨੀ ਟੁੱਡੇ ਇਹ ਇੰਨੀ ਵੱਡੀ ਜਲੇਬੀ ਖਾ ਲਈ ਹਾਂ ਖਾ ਲਈ ਖਾ ਕੇ ਦੇਖੀ ਨਾ ਮੈਂ ਬਾਅਦ ਚ ਟਰਾਈ ਕਰੂੰਗਾ ਕੋਈ ਗੱਲ ਨਹੀਂ ਮੈਨੂੰ ਵਹਿ ਹੁਣ ਸ਼ਨੈਲ ਟਾਪੂ ਲਾ ਦੇ ਪੁੱਤ ਪਨੀਰ ਕਿੱਥੇ ਪਾਇਆ ਹੈ ਆ ਆ ਆ ਆ ਆ ਗੋ ਕਿਵੇਂ ਆ ਮਿੱਠਾ ਖਾ ਕੇ ਤਾਂ ਪੂਰੀ ਐਕਟਿਵ ਆ ਲੈ ਐਨੀ ਨੱਚੀ ਆ ਗਈ ਪਨੀਰ ਵਾਲੀ ਜਲੇਬੀ ਖਾ ਕੇ ਮਾੜੀ ਸਵਾਦ ਨੀ ਬਈ ਗਾਈਸ ਮੈਂ ਸੋਚੀ ਮੈਨੂੰ ਨਹੀਂ ਸਵਾਦ ਲੱਗਦਾ ਆਪਦੇ ਵੀ ਚੋਇਸ ਆ ਤੈਨੂੰ ਸਵਾਦ ਕੀ ਲੱਗਦਾ ਮੈਂ ਗੁਲਾਬ ਜਾਮਨ ਖਾ ਕੇ ਡੀਆ ਨਾਰਮਲ ਜਲੇਬੀ ਇੰਨਾ ਰਸ ਹੁੰਦਾ ਉਹਦੇ ਵਿੱਚ ਨਾਰਮਲ ਜਲੇਬੀ ਹੁੰਦੀ ਮਿੱਠੀ ਮਿੱਠੀ ਰਸ ਵਾਲੀ ਉਹ ਵਧੀਆ ਮਿੱਠਾ ਘੱਟਾ ਇਹ ਤਾਂ ਆਏ ਲੱਗਦੇ ਜਿਵੇਂ ਸੁੱਕੀ ਜੀ ਮਜ਼ਾ ਨਹੀਂ ਆਇਆ ਨਹੀਂ ਇਹਨੂੰ ਖਾ ਦੇ ਚੱਲ ਮਾੜੀ ਇੱਕ ਬੁਰਕੀ ਹੁਣ ਉੱਥੇ ਜਾ ਕੇ ਉੱਥੇ ਜਾ ਕੇ ਲੰਮੀ ਪੈ ਜਾਂਦੀ ਹੈ ਇੱਕ ਟਾਪੂ ਲਾ ਦੇ ਹੁਣ ਟਾਪੂ ਲਾ ਦੇ ਇੱਕ ਲੋਟਨੀ ਹਾਂ ਲੋਟਨੀ ਸ਼ਾਬਾਸ਼ ਉਹ ਨੇ ਸਹੀ ਬੱਜੀ ਨਹੀਂ ਵਧੀਆ ਜੀ ਲੋਟਨੀ ਵਧੀਆ ਜੀ ਲੋਟਨੀ ਖਾ ਪਤ ਵਧੀਆ ਜੀ ਸੋਹਣੀ ਜੀ ਨੋ ਕੋਈ ਇਦਾਂ ਦਾ ਨਹੀਂ ਸੀਗਾ ਸਾਡਾ ਕਿ ਅਸੀਂ ਇਦਾਂ ਵੀਡੀਓ ਬਣਾਉਣੀ ਆ ਪਰ ਆਪਾਂ ਤੁਹਾਡੇ ਸਾਰਿਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਆ ਸ਼ੇਅਰ ਕੀਤੀ ਆ ਅਤੇ ਬਾਕੀ ਆਪਾਂ ਗੁਰੂ ਘਰ ਜਾ ਕੇ ਆਏ ਹਾਂ ਮੱਥਾ ਟੇਕ ਕੇ ਆਏ ਹਾਂ ਸਾਨੂੰ ਇਹ ਸੀਗਾ ਕਿ ਚਲੋ ਬਲੈਸਿੰਗਸ ਹੁੰਦੀਆਂ ਸਾਰੇ ਦੀਆਂ ਤੁਸੀਂ ਸਾਰੇ ਇੰਨਾ ਜ਼ਿਆਦਾ ਸਪੋਰਟ ਕਰਦੇ ਹੋ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਲਾਈਕ ਖੁਸ਼ੀ ਬਹੁਤ ਆ ਐਕਸਾਈਟਿਡ ਅਸੀਂ ਬਹੁਤ ਹਾਂ ਪਰ ਮਤਲਬ ਮਨ ਦੇ ਵਿੱਚ ਇੱਕ ਹੁੰਦਾ ਨਹੀਂ ਕਿ ਡਰ ਹੁੰਦਾ ਆ ਕਿ ਪਤਾ ਨਹੀਂ ਕੀ ਹੋਣਾ ਕਿਉਂਕਿ ਰੱਬ ਦੇ ਹੱਥ ਆ ਸਾਰਾ ਕੁਛ ਹੈ ਨਾ ਇਹ ਆਪਣੇ ਹੱਥ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਐਂਡ ਜਿਹੜੀ ਚੀਜ਼ ਆਪਣੇ ਹੱਥ 'ਚ ਨਹੀਂ ਹੁੰਦੀ ਆਪਾਂ ਨੂੰ ਐਂਡ ਦੇ ਟਾਈਮ ਤੱਕ ਹੁੰਦਾ ਕਿ ਕਿਵੇਂ ਹੋਊਗਾ ਸਾਰਾ ਕੁਛ ਠੀਕ ਹੋ ਜੂਗਾ ਹਾਲਾਂਕਿ ਇਹ ਜਿੱਦਾਂ ਸਾਡੇ ਕੋਲ ਆਲਰੇਡੀ ਸ਼ਨੈਲ ਹੈਗੀ ਹੈ ਲਾਈਕ ਸੈਕਿੰਡ ਬੇਬੀ ਨੇ ਆਉਣਾ ਸੋ ਪਰ ਫਿਰ ਵੀ ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਪਰ ਐਕਸਾਈਟਿਡ ਬਹੁਤ ਆ ਵਧੀਆ ਆ ਸਾਰਾ ਕੁਛ ਫੈਮਲੀ ਕੰਪਲੀਟ ਹੋ ਜਾਣੀ ਆ ਐਂਡ ਤੁਸੀਂ ਸਾਰੇ ਜਣੇ ਸਾਨੂੰ ਇੰਨਾ ਸਪੋਰਟ ਕਰਦੇ ਆ ਪਿਆਰ ਦਿੰਦੇ ਆ ਐਂਡ ਮੈਂ ਸੋਚਿਆ ਕਿ ਤੁਸੀਂ ਸਾਡੀ ਫੈਮਲੀ ਦੇ ਵਰਗੇ ਆ ਐਂਡ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤਾ ਜਾਵੇ ਐਂਡ ਅੱਜ ਬਾਬਾ ਜੀ ਦੇ ਕੋਲ ਵੀ ਗਏ ਮੱਥਾ ਟੇਕਿਆ ਬਹੁਤ ਵਧੀਆ ਲੱਗਿਆ ਕਿਉਂਕਿ ਇਹੀ ਜਿਹੀ ਸਟਾਰਟਿੰਗ ਆਪਾਂ ਰੱਬ ਦੇ ਨਾਮ ਤੋਂ ਹੀ ਕਰਾਂਗੇ ਰਾਈਟ ਅਤੇ ਕਿ ਵੀ ਮਿਹਰ ਭਰਿਆ ਹੱਥ ਰਹੇ ਬਲੈਸਿੰਗਸ ਰਹਿਣ ਸਾਰਾ ਕੁਛ ਵਧੀਆ ਵਧੀਆ ਹੋਵੇ ਐਂਡ ਤੱਕ
एंड बाकी कई बार अपने पेरेंट्स नू हो जाता है कि जिमें अजकल किन्ने फंक्शन चलते हैं, बेबी शावर हो गया ज कुछ होर बहुत सारे अजक आप करते हैं, थोड़ा पता ही होगा फोटोशूट्स वगैरह, जहाँ इदा हो जाता कि कई बार भी कल कोई गलबात होगी फिर इन मैमरीज बन जा फिर दुख हों, पर मैं कहने कि आप पॉजिटिव रहिए तो सारा कुछ वधिया ही होगा, बाकी रब दे हाथ आ एंड पर जिहड़ी खुशी अज दे टाइम चा उहनूं आपां इंजॉय करिए, असीं बहुत खुश हैं, हैप्पी हाँ, सारे जने बहुत खुश ने। पहला मम्मी होरां ने जाना सीगा इंडिया, हुण जाना ही सीगा अगले मंथ तक है ना, तो फिर मैं असी हले टिकट्स नहीं सी करवाइया पर जाना ही सीगा, एंड जिवें कि तुहानूं पता ही है भी डैडी जी होरी अमेरिका आ, उन्होंने दस्सिया असी बहुत हैप्पी सीगे, हुण मेरे मम्मी होरां ने भी हले टिकट्स आपां एक्सटेंड करवा लवांगे आ, तो देखते हैं भी किहड़े मंथ हुण ओह जाणगे, क्योंकि चलो खुशी सारे ने हुंदी आखर नूं नाना नानी बन जाना उन्होंने दोबारा, एंड शनैल इन्नी ज़्यादा एक्साइटिड आ, शनैल नूं पता ही नहीं रब वल्लों उहनूं की पता भी की हले वह दो साल की हुई है ना, पर उहनूं इदां आ भी मतलब उहनूं बहुत हैगा आ भी बेबी ने आना, उदां ही रब वल्लों बेबी बेबी ये बेबी आ इदां आ इदां दी गल्लां करदी रहिंदी, पता नहीं किवें अपने वल्लों ही है ना, तो बहुत टाइम हो गया उहनूं इदां दी गल्लां करदे नूं जिवें रब ही कोई साइन दिंदा हुंदा आ। जिहड़ी फीलिंग आ ना ये सारे कुड़ियां नूं मैं कहनी हां भी जिवें रब सारी खुशियां सारा मतलब ये खुशियां हर एक नूं देवे, एंड क्योंकि फीलिंग का एहसास होना एक बहुत ही वड्डी गल आ, जिवें अपने मम्मी डैडी हुंदे सीगे फिर आपां नूं पता लगता कि उन्होंने अपने लिए की किया, ठीक है जो आप माँ प्यो बन जाने फिर अपने जिम्मेवारियां आउंदियां ते लाइक अपनी टोटली लाइफ चेंज हो जाती है, शनैल नाल साडी लाइफ बहुत चेंज हो गई, आई डोंट नो कि दो बेबीज़ नाल मैनूं पता कि लाइफ बहुत ही ज़्यादा चेंज हो जानी, असी बहुत बिजी हो जाना, मैं नर्वस बहुत सी, मैं डर भी हुंदा एक मन दे विच, अपनी इंडियन मैंटैलिटी इदां दी आपां पॉजिटिव तो पहला नैगेटिव सोचते हैं जे कल नूं इदां कुछ हो गया इदां हो गया है ना, तो मतलब कि अपने पेरेंट्स नूं भी इदां डर रहिंदा, पर मैं सोचा कि ये चीज़ कोई लुकाउण वाली भी है नहीं, ये चीज़ झूठ बोलन वाली भी है नहीं, क्योंकि यू नो कि अज नहीं तो कल पता तो लगना ही है ना, फिर किसी ने कहना कि हरमन ने पूछा से झूठ मारिया, पर मेरी ये नेचर है नहीं, एंड जे हुण आपां सोशल प्लेटफॉर्म ते हैगे आ ते है ना पता ही आ तुसीं साडी फैमिली दे वांग हैगे आ, तुसीं साडे व्लॉग्स देखदे इन्ना ज़्यादा सपोर्ट करदे आ, सो मैं सोचा कि थोड़े सारे नाल शेयर किया जाए, जिवें अपने मन च डर हुंदा ना एक, क्योंकि ये चीज़ रब दे हत्थ आ, सो सारा कुछ रब ने करना, जे हले तक चंगा किया तो अगे भी चंगा ही करना, पर फिर भी इन्ना टाइम कढ़ना हुंदा आ, ये बहुत ज़्यादा अपन ध्यान रखना पैंदा अपनी बॉडी का अपना जा सारा कुछ है ना, सो कई बार कॉम्प्लीकेशनस आ जा, सो मैं यही कहूँगी कि शनैल बार भी बहुत सारा कुछ रब ने बहुत वधिया साथ दिता, तो इस बार भी सारा कुछ वधिया वधिया हो जाए, लैंड जिन्हें नहीं पता लगे हाले तक मैं तुम्हें फिर दस दिनी हाँ कि शनैल की प्रमोशन होने वाली आ, वह बन वाली है वड्डी सिस्टर, ब्लॉग्स देखते रहोगे तो थोड़ा सारा कुछ पता लग जाना, एंड हाँ जी आप बहुत अज एक्साइटिड सी बहुत खुश सी, सूट पाया सी मैं ता ही रैड कलर का सोहना लगता सीगा, मैं कहा शगना जहाँ देना तो नाले बाबा जी के मत्था टेकन जाना तो डब्बा दे के आए थे, मतलब बहुत बहुत वधिया लग्या, बहुत ज़्यादा खुश हाँ सारे जने बहुत खुश आ, मम्मी हुरी अमेरिका गए हुए आ, तो मम्मी हुनी डैडी जी नाना नानी शनैल दे सारे जने बहुत एक्साइटिड, एंड शनैल सारे नालों बहुत एक्साइटिड आ, पता नहीं उन्हें निक्की जी ने किवें सारा कुछ पता आ जां किवें नहीं, उदा ही रब वल्लों बेबी बेबी करती रहिंदी आ, मेरी मम्मी हुणां लई बहुत ज़्यादा वड्डी गल आ, क्योंकि जिंदगी दे विच मैं जमा कल्ली सीगी है ना, सिंगल चाइल्ड सीगी, काफ़ी जने सिंगल चाइल्ड होणगे तो जो कि समझ सकते हैं, क्योंकि जिन्हां दे ब्रदर सिस्टर हैगे आ वह इह गल बिल्कुल नहीं समझ सकते कि जो सिंगल चाइल्ड हुंदा कल्ला बच्चा हुंदा वह बहुत ज़्यादा लोनली हुंदा आ, क्योंकि जे उन्हूं किसी चीज़ का बर्डन आ तां वी कल्ले नूं, जे कोई चीज़ मतलब शेयरिंग दे विच जां फिर रहन सहन कल्ले बच्चे का बहुत ज़्यादा डिफरेंट हुंदा, उहदा सुभाअ भी बहुत ज़्यादा वक्खरा हुंदा, उन्हूं एडजस्ट करन लगे होरां नालों मतलब आपां जे कंपेयर करिया जावे किसी होर बच्चा नालों ते जो जॉइंट फैमिली दे विचों आया उन्हूं बहुत ज़्यादा टाइम लगता, क्योंकि उन्हें सारी चीज़ा कल्ले ने देखिया होंदिया राइट, एंड जे आपां देखा जावे वह थोड़ा जा मतलब सीरीयस भी काइंड ऑफ हुंदा आ, क्योंकि उहदी रिसपोंसिबिलिटीज़ भी कल्ले ते हुंदियां, सो मतलब मेरी फैमिली दे विच इदां सी कि मैं मम्मी पापा सीगे, सो तां करके मतलब मम्मी हुणी बहुत ज़्यादा हैप्पी आ कि हाँ इस शनैल दे सिबलिंग्स होणगे, कोई टाइम हुंदा है कि बंदे ते कई बार दुख दा टाइम आउंदा आ सुख दा टाइम आउंदा आ, उहदे नाल शेयर करन नूं गल्लां कोई नहीं हुंदा,
क्योंकि लाइफ के अपने पेरेंट्स ने सदा अपने नाल नहीं रहना। सो जो लाइफ वधदी आ सो उहदे जिहड़े अपने हुंदे आ अपने सके भैण भरा है ना रिश्तेदार सो उन्हां दे नाल ही खड़ना हुंदा। सो आपां मतलब अपने भरा नूं भैण नूं जिहड़ी गल शेयर कर लवांगे उह आपां किसे नाल नहीं कर सकते। नो डाउट अपनी फैमिली बहुत चंगी हुंदी आ अपने घर वाला हुंदा पर फिर भी स्टिल किते ना किते जिहड़ी अपनी गल अपने भैण भरावां नाल हुंदी आ राइट। आपां छोटे हुंदे तों उहनां नाल पल के आए हुंदे आ अपना कई वार तां इदां दा हुंदा आ जिवें हुण मेरा नाम प्रीति आ है ना घर का नाम प्रीति से छोटे पर इतने देखो इनलॉस फैमिली दे विच मैनू सारे हरमन कहिंदे तुसीं भी सारे मैनू हरमन के नाम नाल जानते है ना मैनू प्रीति कहने वाला कौन है ठीक है। सो अज तो 30-40 साल तो मेरा नाम ही अलोप हो जाना ठीक है। सो मैं कोई नैगेटिव गल्ला नहीं कर रही मैं जस्ट इदा कहनी हाँ कि एटलीस्ट 2 बेबीज़ होने चाहिए आ उहदी बच्चे की लाइफ बहुत ज़्यादा हार्ड होंदी आ। सो एटलीस्ट 2 बेबीज़ होने चाहिए आपस खेडदे आ उन्हां दा जी लगा रहिंदा मतलब वो कट्ठे ग्रो करदे आ ते उन्हां नूं समझ हुंदी आ एक दूजे नाल शेयरिंग दी चीज़ां शेयर करन दी उन्हां नूं स्टार्टिंग तो आदत पै जांदी आ ते वड्डे हो के भी उहो मतलब उन्हां नूं सारा पता हुंदा कि किद्दां विचरना जे कुड़ियां ने तां उन्हां नूं पता हुंदा कि कल नूं सहुरे घर जाणा तां किद्दां डील करना सारा कुछ। सो बहुत ईजी रह जांदा उहदे लई। सो कल्ले बच्चियां दे नालों बहुत जणे जो सिंगल चाइल्ड होणगे जां जिहड़े पेरेंट्स दे कल्ले कल्ले बच्चे उह एग्री करनगे मेरी गल दे नाल। एंड कल्ला बच्चा कुछ लाडला भी ज़्यादा रख्या हुंदा कम नहीं लाउंदे अपने पेरेंट्स आपां नूं। सो जो कि मैनूं आखण सुणन नूं मिलदा हरमन तां कम नहीं करदी इदां इदां। सो पर मैं उहदा भी तुहानूं दस दिंदी हां कि बहुत जने कहिंदे आ अद्धे जने मेरी वीडियो देखदे आ लाइक बहुत नाइस कॉमेंट्स करदे आ पर कई लोग कि मे बी उन्होंने नैगेटिव कॉमेंट्स नहीं होंगे उन्होंने उदो ही लगता वो हरमन काम नहीं करती पर सिर्फ 10 या 15 मिनट की वीडियो के नाल तुसी मैनू जज नहीं कर सकते। एंड ना मैं कोई इत्थे सफाई देन लगी हाँ। सो मेरी मम्मी उन्होंने पता आ कि मैं की करती हाँ दिन मैं मेरा की बिजनेस आ मैं कला यूट्यूब नहीं चला। सो किसी नहीं पता राइट भी मेरा सारा दिन किमें लंघता है। जे मैं कुछ गलत मलत कह दिता होवे दैन तुसी मैनू कमेंट कर सकते हो। एंड जे थोनू कोई चीज़ माड़ी लगी होवे तां वी तुसी मैनू दस सकते हो। तो बाकी मेरे दिल दीआं गल्लां सी जो मैं थोड़े नाल शेयर कर दित्तियां ने। एंड आपां हुण नैक्सट व्लॉग दे विच मिलांगे गाइज़ एंड थोनू दिखावांगे कुछ नवा नवा एवरीडे दिखाया करांगे। एंड तुसी साडे नाल जुड़े रहो जिन्होंने साडा चैनल नहीं सबसक्राइब किया हरमन ब्यूटी प्लीज़ साडा चैनल सबसक्राइब कर लो। एंड थोनू नित नवे सोहणे सोहणे व्लॉग्स मिलते रहेंगे। तो टाइम थोड़ा जहा बिजी हो जाने क्योंकि काफ़ी जने है जे डेली व्लॉग्स पाते हैं सानू भी कॉमेंट्स आते हैं कि तुम डेली व्लॉग्स पाया करो पर कई बार बिजी इन्ने हो जाइए तो तुम्हें पता ही है हम शनैल ऑलरेडी भी बच्चों बहुत ज़्यादा बिजी हो जाइए होर भी काम कार होंगे है ना। तो पर कोशिश करा ट्राई करा कि नित व्लॉग्स लैके आने नवे एंड थोड़ा सारे का सपोर्ट बनया रवे तो ये बहुत वड्डी गल आ। तुम सारे ऑलरेडी बहुत ज़्यादा सपोर्ट कर दो सानू सो सारे का दिलों धन्यवाद। एंड आपां हुण नैक्सट व्लॉग दे विच मिलते हैं गाइस थैंक यू सो मच बाय बाय जिन्होंने साडी वीडियो लाइक की एंड सारयां दा दिलों धन्यवाद बाय गाइज़।